ਹੈਲੋ ਐਵਰੀਵਨ, ਵੈਲਕਮ ਟੂ ਨਿਊ ਜੋਬ ਅਲਰਟ। ਅੱਜ ਮੈਂ ਹਾਜ਼ਰ ਹੋਇਆ ਨਵੀਆਂ ਅਸਾਮੀਆਂ ਦੀ ਨਵੀਂ ਨੋਟੀਫਿਕੇਸ਼ਨ ਦੇ ਨਾਲ। ਇਹ ਅਸਾਮੀ ਆਈਆਂ ਹਨ ਜੀ ਪੈਂਥਰ ਆਰਮੀ ਪ੍ਰੀ ਪ੍ਰਾਇਮਰੀ ਸਕੂਲ ਟਿੱਬਰੀ ਗੁਰਦਾਸਪੁਰ ਦੇ ਵਿੱਚ। ਪਹਿਲੀ ਅਸਾਮੀ ਹੈ ਜੀ ਟੀਚਰ ਦੀ, ਜਿਸ ਦੇ ਲਈ ਫੀਮੇਲ ਕੈਂਡੀਡੇਟ ਦੀ ਲੋੜ ਹੈ, ਐਨ ਟੀ ਟੀ ਬੀ ਐਡ ਕੀਤੀ ਵੀ ਹੋਵੇ ਅਤੇ ਤਨਖਾਹ ਮਿਲਣੀ ਹੈ ਜੀ 17,000। ਦੂਸਰੀ ਅਸਾਮੀ ਹੈ ਮਿਊਜ਼ਿਕ ਟੀਚਰ ਦੀ, ਇਸ ਦੇ ਲਈ ਵੀ ਫੀਮੇਲ ਕੈਂਡੀਡੇਟ ਨੂੰ ਪ੍ਰੈਫਰੈਂਸ ਹੈ ਜੀ ਅਤੇ 13,800 ਸੈਲਰੀ ਮਿਲਣੀ ਹੈ। ਤੀਸਰੀ ਅਸਾਮੀ ਹੈ ਜੀ ਕਲਰਕ ਦੀ, ਮੇਲ ਕੈਂਡੀਡੇਟ ਅਪਲਾਈ ਕਰ ਸਕਦੇ ਨੇ, ਮਿਨੀਮਮ ਕੁਆਲੀਫਿਕੇਸ਼ਨ ਹੈ ਗ੍ਰੈਜੂਏਟ ਚਾਹੀਦੀ ਹੈ ਅਤੇ ਕੰਪਿਊਟਰ ਦੀ ਨੌਲੇਜ ਚਾਹੀਦੀ ਹੈ। ਐਕਸ ਸਰਵਿਸਮੈਨ ਨੂੰ ਪ੍ਰੈਫਰੈਂਸ ਦਿੱਤੀ ਜਾਣੀ ਹੈ, ਤਨਖਾਹ ਮਿਲਣੀ ਹੈ ਜੀ 16,000 ਰੁਪਏ। ਚੌਥੀ ਅਸਾਮੀ ਹੈ ਜੀ ਇੱਕ ਆਇਆ ਦੇ ਲਈ, ਜਿਸ ਦੇ ਲਈ ਪੰਜਵੀਂ ਪਾਸ ਹੋਣਾ ਲਾਜ਼ਮੀ ਹੈ, ਫੀਮੇਲ ਕੈਂਡੀਡੇਟ ਦੀ ਲੋੜ ਹੈ, ਤਨਖਾਹ ਮਿਲਣੀ ਹੈ ਜੀ 10,000 ਜੋ ਕਿ ਬੱਚਿਆਂ ਦੀ ਦੇਖਭਾਲ ਕਰ ਸਕੇ। ਇਸ ਦੇ ਲਈ ਤੁਸੀਂ 1 ਮਾਰਚ 2024 ਤੱਕ ਅਪਲਾਈ ਕਰ ਸਕਦੇ ਹੋ। ਸਭ ਤੋਂ ਪਹਿਲਾਂ ਤੁਸੀਂ ਡਿਮਾਂਡ ਡਰਾਫਟ ਕਟਵਾਉਣਾ ਹੈ ਜੀ ਪੈਂਥਰ ਆਰਮੀ ਪ੍ਰੀ ਪ੍ਰਾਇਮਰੀ ਸਕੂਲ ਦੇ ਨਾਮ 'ਤੇ 200 ਰੁਪਏ ਦਾ ਬੈਂਕ ਵਿੱਚ ਜਾ ਕੇ। ਉਸ ਤੋਂ ਬਾਅਦ ਐਪਲੀਕੇਸ਼ਨ ਫਾਰਮ ਨੂੰ ਭਰਨਾ, ਉਸ ਦੇ ਨਾਲ ਸਾਰੇ ਆਪਣੇ ਡਾਕੂਮੈਂਟ ਸੈਲਫ ਅਟੈਸਟਡ ਕਰਕੇ ਨਾਲ ਲਗਾਉਣੇ ਨੇ ਅਤੇ ਜਿਹੜਾ ਐਪਲੀਕੇਸ਼ਨ ਫਾਰਮ ਹੈ ਤੁਸੀਂ ਉਹ ਆਰਮੀ ਪਬਲਿਕ ਸਕੂਲ ਟਿੱਬਰੀ ਦੀ ਅਫੀਸ਼ੀਅਲ ਵੈਬਸਾਈਟ 'ਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ। ਤਾਂ ਦੈਟਸ ਆਲ ਗਾਈਜ਼, ਜੇ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ। ਧੰਨਵਾਦ।